ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਗਲੀ ਵਾਰ ਕਮੇਟੀ ਦਾ ਪ੍ਰਧਾਨ ਬਣਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ। ਇਹ ਕਹਿਣਾ ਹੈ ਖੁਦ ਅਵਤਾਰ ਸਿੰਘ ਮੱਕੜ ਦਾ। ਉਹਨਾਂ ਆਪਣੀ ਸਿਹਤ ਦੇ ਹਵਾਲੇ ਦੇ ਨਾਲ ਪ੍ਰਧਾਨਗੀ ਦਾ ਅਹੁਦਾ ਸ਼ਾਇਦ ਹੀ ਸੰਭਾਲਣ ਦੀ ਗੱਲ ਕਹੀ ਹੈ। ਕੋਹਿਨੂਰ ਹੀਰੇ ਉੱਤੇ ਬੋਲਦਿਆਂ ਮੱਕੜ ਦਾ ਕਹਿਣਾ ਹੈ ਕਿ ਕੋਹਿਨੂਰ ਹੀਰੇ ਬਾਬਤ ਉਹਨਾਂ ਦਾ ਰਵੱਈਆ ਬਿਲਕੁਲ ਵੀ ਨਹੀਂ ਬਦਲਿਆ ਹੈ। ਉਹਨਾਂ ਕੋਹਿਨੂਰ ਨੂੰ ਸਿੱਖ ਪੰਥ ਦੀ ਵਿਰਾਸਤ ਦੱਸਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਬਿਆਨਬਾਜ਼ੀ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਭਗਵੰਤ ਮਾਨ ਦੀ ਸੋਚ ਹੋਰ ਹੈ। ਭਗਵੰਤ ਮਾਨ ਨੇ ਜਿਹੜੀ ਕਹੀ ਹੈ ਗੱਲ, ਉਹਨੂੰ ਮੁਬਾਰਕ ਹੈ। ਸਾਨੂੰ ਉਹਦੇ ਨਾਲ ਕੋਈ ਦਿਲਚਸਪੀ ਨਹੀਂ। ਸਾਨੂੰ ਤਾਂ ਇਹ ਪਤਾ ਕਿ ਸਾਡੀ ਵਿਰਾਸਤ ਹੈ ਔਰ ਸਿੱਖ ਕੌਮ ਦੀ ਵਿਰਾਸਤ ਹੈ। ਸਿੱਖ ਕੌਮ ਦੀਆਂ ਜਿੰਨੀਆਂ ਵਡਮੁੱਲੀਆਂ ਵਸਤੂਆਂ ਨੇ, ਜਿੰਨੇ ਵਡਮੁੱਲੇ ਸਾਡਾ ਖਜ਼ਾਨਾ ਹੈ, ਉਹ ਤੋਸ਼ੇਖਾਨੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿੱਚ ਸੁਸ਼ੋਭਿਤ ਹੈ। ਮਹਾਰਾਜ ਰਣਜੀਤ ਸਿੰਘ ਵੱਲੋਂ ਸਾਰੀਆਂ ਜੋ ਵਸਤੂਆਂ ਭੇਟਾ ਕੀਤੀਆਂ ਗਈਆਂ ਸੀ, ਜਿਹਦੇ ਵਿੱਚ ਕਿ ਕੰਵਰ ਨੌਨੇ ਆਲਸੀ ਦੇ ਸ਼ਾਦੀ ਨਾਲ ਸੰਬੰਧਿਤ ਵੀ ਨੇ, ਹੋਰ ਵੀ ਕਈ ਚੀਜ਼ਾਂ ਨੇ, ਉਹ ਸਾਰੀਆਂ ਤੋਸ਼ੇਖਾਨੇ ਵਿੱਚ ਸੇਫ ਐਂਡ ਸਾਊਂਡ ਸੁਸ਼ੋਭਿਤ ਨੇ। ਇਸ ਵਾਸਤੇ ਇਹ ਵੀ ਉੱਥੇ ਹੀ ਸ਼ੋਭਾ ਹੈ ਦਰਬਾਰ ਸਾਹਿਬ ਦੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਦਰਬਾਰ ਸਾਹਿਬ ਨਾਲ ਦੇ ਅਸਥਾਨ ਨਾਲ ਬਹੁਤ ਵੱਡੀ ਲਗਨ ਸੀ, ਬੜੀ ਵੱਡੀ ਸ਼ਰਧਾ ਸੀ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਲਿਆ ਕੇ ਅਸੀਂ ਉੱਥੇ ਹੀ ਸੁਸ਼ੋਭਿਤ ਕਰੀ। ਕੈਂਡੀਡੇਟ ਪਾਰਟੀ ਨੇ ਡਿਸਾਈਡ ਕਰਨਾ, ਜਦੋਂ ਕੈਂਡੀਡੇਟ ਇਲੈਕਟ ਹੋ ਜਾਣਗੇ ਅਤੇ ਜੇ ਮੇਰੀਆਂ ਭਾਵਨਾਵਾਂ ਤਾਂ ਬਹੁਤ ਹੋ ਗਈਆਂ, ਮੈਂ ਤਾਂ ਬਸ ਠੀਕ ਹੈ, ਜਿੰਨਾ ਕਰ ਲਿਆ ਬਹੁਤ ਹੈ। ਮੇਰੀ ਤਾਂ ਸਿਹਤ ਠੀਕ ਨਹੀਂ ਰਹਿੰਦੀ ਹੁਣ, ਮੈਂ ਤਾਂ ਬਸ ਇਹ ਟਾਈਮ ਪਾਸ ਹਜੇ ਵੀ ਕਰੇ ਹਾਂ। ਨਹੀਂ ਨਹੀਂ ਇਲੈਕਸ਼ਨ ਤਾਂ ਜੇ ਪਾਰਟੀ ਕਹੇਗੀ ਤਾਂ ਮੈਂ ਜ਼ਰੂਰ ਲੜੂੰਗਾ। ਪ੍ਰਧਾਨਗੀ ਬਾਰੇ ਮੈਂ ਨਹੀਂ ਕੁਝ ਕਹਿੰਦਾ, ਮੈਂ ਤਾਂ ਕੋਈ ਜਿਹਨੂੰ ਮਰਜ਼ੀ ਪਾਰਟੀ ਬਣਾਵੇ, ਮੈਨੂੰ ਕੋਈ ਇੰਟਰਸਟ ਨਹੀਂ।